अज मैं तुहानूं इंडिया दी 10 अजिहियां सड़कां बारे दसूंगा जिन्हां ते ड्राइव करना किसी आम इंसान दे वस दी गल नहीं। ए रोड इन्ने ज्यादा खतरनाक ने कि इत्थे हमेशा ही जान दा खतरा बनिया रहिंदा है। इन्हां दे विचों कुछ सड़कां तां अजिहियां ने जिथे जाण दे लई स्पैशल सरकार तों परमिशन लैणी पैंदी है ते इन्हां दे विचों कुछ रोड इन्ने ज्यादा खतरनाक ने कि इन्हां नूं साल दे कुछ महीने बंद भी कीता जांदा है। इन्हां रोड दे उपर गड्डी चलाउंदे समें चंगे चंगे ड्राइवरां नूं भी पसीना आ जांदा है। सो अज दी इस वीडियो दे विच आपां इंडिया दे 10 खतरनाक रोड बारे गल करांगे। सो जुड़े रहो मेरे नाल, मैं तुहाडा जसप्रीत सिंह, तुसीं देख रहे हो जो टीवी। नंबर 1 ते है जी नैशनल हाईवे 22 हिमाचल प्रदेश। नैशनल हाईवे 22 नूं हिंदुस्तान तिब्बत रोड दे नाम नाल भी जाणिया जांदा है। इह रास्ता अंबाले दे विचों शुरू होके हरियाणा हिमाचल प्रदेश दे विचों दी लंघदा है। NH 22 नूं नरक दा रास्ता भी कहा जांदा है क्योंकि इस रोड नूं इक खड़ी पहाड़ी नूं कट के बनाया गया है। इस रोड दे इक पासे खड़ी चट्टान है ते दूजे पासे डूंगी खाई है जिस दे विच डिग के पता ही नहीं किन्ने लोकां दीआं मौतां हो चुक्कियां ने। इत्थे इक ड्राइवर दी छोटी जी गलती नाल ही गड्डी खाई दे विच डिग जांदी है ते कई वार तां ओह गड्डियां ਮਿਲਦੀਆਂ ਤੱਕ ਵੀ ਨਹੀਂ। ਇਹ ਰਾਸਤਾ ਬਹੁਤ ਜ਼ਿਆਦਾ ਪਤਲਾ ਹੈ ਤੇ ਇਸ ਦੇ ਮੋੜ ਇੰਨੇ ਜ਼ਿਆਦਾ ਸ਼ਾਰਪ ਨੇ ਕਿ ਮੋੜ ਤੇ ਟਰਨ ਲੈਂਦੇ ਸਮੇਂ ਸਾਨੂੰ ਅੱਗੇ ਕੀ ਆਉਂਦਾ ਹੈ ਇਸ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ। ਸਰਦੀਆਂ ਦੇ ਵਿੱਚ ਤਾਂ ਇੱਥੋਂ ਦੇ ਹਾਲਾਤ ਹੋਰ ਵੀ ਜ਼ਿਆਦਾ ਬੁਰੇ ਹੋ ਜਾਂਦੇ ਨੇ ਜਦੋਂ ਇੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ। ਇੱਕ ਤਾਂ ਬਰਫ਼ਬਾਰੀ ਦੇ ਕਾਰਨ ਇੱਥੇ ਤਿਲਕਣ ਹੋ ਜਾਂਦੀ ਹੈ, ਦੂਜਾ ਜਦੋਂ ਬਰਫ਼ਬਾਰੀ ਹੋ ਰਹੀ ਹੁੰਦੀ ਹੈ ਤਾਂ ਵਿਜੀਬਿਲਟੀ ਬਿਲਕੁਲ ਹੀ ਜ਼ੀਰੋ ਹੋ ਜਾਂਦੀ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ। ਨੰਬਰ 2 ਤੇ ਆਉਂਦਾ ਹੈ ਗਾਟਾ ਲੂਪਸ ਲਦਾਖ। ਇਹ ਰੋਡ ਡਰਾਈਵਰਾਂ ਦੇ ਲਈ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ। ਇਸ ਰੋਡ ਦੇ ਉੱਪਰ ਕਈ ਸਾਰੇ ਕੂਣੀ ਮੋੜ ਨੇ ਤੇ ਉੱਪਰੋਂ ਦੇਖਣ ਤੇ ਇਹ ਰੋਡ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਸੱਪ ਕੁੰਡਲੀ ਮਾਰੀ ਬੈਠਾ ਹੋਵੇ। ਇਹ ਰੋਡ ਤੇ ਅਕਸਰ ਹੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਸ ਕਾਰਨ ਇੱਥੇ ਕਾਫੀ ਜ਼ਿਆਦਾ ਅੰਧ ਵਿਸ਼ਵਾਸ ਵੀ ਹੈ। ਇੱਥੋਂ ਦੇ ਲੋਕਲ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਦੇ ਉੱਪਰ ਮਰੇ ਟਰੱਕ ਡਰਾਈਵਰਾਂ ਦੀਆਂ ਆਤਮਾਵਾਂ ਅੱਜ ਵੀ ਇਸ ਰੋਡ ਦੇ ਉੱਪਰ ਫਿਰਦੀਆਂ ਨੇ ਤੇ ਆਵਾਜ਼ਾਂ ਮਾਰਦੀਆਂ ਨੇ ਤੇ ਉੱਪਰੋਂ ਇਸ ਰੋਡ ਤੇ ਤਕਰੀਬਨ ਸਾਰਾ ਸਾਲ ਹੀ ਬਰਫੀਲਾ ਮੌਸਮ ਰਹਿੰਦਾ ਹੈ ਜਿਸ ਕਰਕੇ ਇਹ ਰੋਡ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ। ਇਸ ਤੋਂ ਅਗਲੇ ਨੰਬਰ ਤੇ ਹੈ ਜੀ ਖਾਰਦੂੰਗਲਾ ਪਾਸ। ਭਾਰਤ ਤੇ ਚੀਨ ਦੇ ਵਿਚਕਾਰ ਸਿਲਕ ਰੂਟ ਦੇ ਉੱਪਰ ਮੌਜੂਦ ਹੈ ਖਾਰਦੂੰਗਲਾ ਪਾਸ। ਇਹ ਸਮੁੰਦਰ ਤਲ ਤੋਂ 5602 ਮੀਟਰ ਦੀ ਉਚਾਈ ਤੇ ਮੌਜੂਦ ਹੈ। ਇਸ ਰੋਡ ਦੇ ਮੋੜ ਇੰਨੇ ਜ਼ਿਆਦਾ ਖਤਰਨਾਕ ਨੇ ਕਿ ਅਕਸਰ ਹੀ ਇੱਥੇ ਮੌਤਾਂ ਹੁੰਦੀਆਂ ਰਹਿੰਦੀਆਂ ਨੇ। ਇਸ ਰੋਡ ਦੇ ਉੱਪਰ ਇੰਨੀ ਜ਼ਿਆਦਾ ਬਰਫ਼ ਡਿੱਗਦੀ ਹੈ ਕਿ ਬਰਫ਼ ਦੇ ਕਾਰਨ ਇਹ ਰੋਡ ਦੇ ਆਲੇ ਦੁਆਲੇ ਬਰਫ਼ ਦੀਆਂ ਕੰਧਾਂ ਬਣ ਜਾਂਦੀਆਂ ਨੇ। ਇਹਨਾਂ ਕੰਧਾਂ ਦੇ ਨਾਲ ਹੀ ਇਹ ਰੋਡ ਹੋਰ ਜ਼ਿਆਦਾ ਸਲਿਪਰੀ ਹੋ ਜਾਂਦਾ ਹੈ। ਇੱਥੇ ਹਰ ਕੋਈ ਡਰਾਈਵਰ ਡਰਾਈਵ ਨਹੀਂ ਕਰ ਸਕਦਾ ਬਲਕਿ ਇੱਥੇ ਐਕਸਪਰਟ ਡਰਾਈਵਰ ਹੀ ਡਰਾਈਵ ਕਰਦਾ ਹੈ। ਇਸ ਤੋਂ ਅਗਲੇ ਨੰਬਰ ਤੇ ਆਉਂਦਾ ਹੈ ਜੀ ਕੋਲੀ ਹਿਲਸ ਰੋਡ ਤਾਮਿਲਨਾਡੂ। ਤਾਮਿਲਨਾਡੂ ਦੇ ਨਮੱਕਲ ਜ਼ਿਲ੍ਹੇ ਦੇ ਵਿੱਚ ਡੇਂਜਰਸ ਰੋਡ ਮੌਜੂਦ ਹੈ ਜਿਸ ਨੂੰ ਕੋਲੀ ਹਿਲਸ ਰੋਡ ਕਿਹਾ ਜਾਂਦਾ ਹੈ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕੋਲੀ ਹਿਲਸ ਦਾ ਮਤਲਬ ਹੁੰਦਾ ਹੈ ਮੌਤ ਦਾ ਪਹਾੜ। ਇਹ ਸੜਕ ਆਪਣੇ ਘਮਾਉਦਾਰ ਅਤੇ ਤਿੱਖੇ ਮੋੜਾਂ ਦੇ ਲਈ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਹੈ। ਇਸ ਰਾਸਤੇ ਦੇ ਉੱਪਰ ਤਕਰੀਬਨ 70 ਹੇਅਰ ਪਿੰਨ ਮੋੜ ਨੇ ਤੇ ਇਸ ਰੋਡ ਦੇ ਉੱਪਰ ਓਵਰਟੇਕ ਕਰਨਾ ਹਮੇਸ਼ਾ ਜਾਨਲੇਵਾ ਹੀ ਸਾਬਤ ਹੁੰਦਾ ਹੈ। ਇਸ ਕਰਕੇ ਇਸ ਰੋਡ ਦੇ ਉੱਪਰ ਕੋਈ ਵੀ ਇਨਸਾਨ ਓਵਰਟੇਕ ਨਹੀਂ ਕਰਦਾ। ਇਹ ਰਾਸਤਾ ਵੀ ਇੱਕ ਪਹਾੜੀ ਨੂੰ ਕੱਟ ਕੇ ਬਣਾਇਆ ਗਿਆ ਹੈ ਤੇ ਇਸ ਦੇ ਦੂਜੇ ਪਾਸੇ ਵੀ ਡੂੰਗੀ ਖਾਈ ਹੈ। ਨੰਬਰ 5 ਤੇ ਹੈ ਜੀ ਕਰਚਮ ਚਿਤਕੁਲ ਹਿਮਾਚਲ ਪ੍ਰਦੇਸ਼। ਇਹ ਰੋਡ ਹਿਮਾਚਲ ਦੇ ਕਨੌਰ ਡਿਸਟ੍ਰਿਕਟ ਦੇ ਵਿੱਚ ਮੌਜੂਦ ਹੈ। ਇਹ ਪੂਰੇ ਦਾ ਪੂਰਾ ਰਾਸਤਾ ਐਡਵੈਂਚਰ ਅਤੇ ਸਸਪੈਂਸ ਦੇ ਨਾਲ ਭਰਿਆ ਹੋਇਆ ਹੈ। ਪਥਰੀਲੀ ਚਟਾਨਾਂ ਨੂੰ ਕੱਟ ਕੇ ਬਣਾਏ ਗਏ ਇਸ ਰੋਡ ਦੇ ਉੱਪਰ ਇੱਕ ਪਾਸੇ ਡੂੰਗੀ ਖਾਈ ਹੈ ਤੇ ਦੂਜੇ ਪਾਸੇ ਭੋਰਪੁਰੇ ਪਹਾੜ ਨੇ। ਉੱਪਰੋਂ ਇਹ ਰੋਡ ਦੀ ਹਾਲਤ ਵੀ ਕਾਫੀ ਜ਼ਿਆਦਾ ਖਸਤਾ ਹੈ। ਇੱਥੇ ਥਾਂ ਥਾਂ ਤੇ ਟੋਏ ਬਣੇ ਨੇ। ਇਹ ਰੋਡ 42 ਕਿਲੋਮੀਟਰ ਲੰਬਾ ਹੈ ਤੇ ਸੰਕਲਾ ਵੈਲੀ ਤੋਂ ਸ਼ੁਰੂ ਹੁੰਦਾ ਹੈ। ਇਸ ਦੇ ਸਟਾਰਟਿੰਗ ਦੇ 19 ਕਿਲੋਮੀਟਰ ਤੱਕ ਦਾ ਰਾਸਤਾ ਕਾਫੀ ਜ਼ਿਆਦਾ ਵਧੀਆ ਹੈ ਤੇ ਆਲੇ ਦੁਆਲੇ ਇਸ ਤੇ ਕਾਫੀ ਕੁਦਰਤੀ ਨਜ਼ਾਰੇ ਵੀ ਨੇ। ਇਹ ਪੂਰੇ ਦਾ ਪੂਰਾ ਰੋਡ ਇੰਨਾ ਜ਼ਿਆਦਾ ਪਤਲਾ ਹੈ ਕਿ ਇੱਥੇ ਇੱਕ ਵਾਰ ਦੇ ਵਿੱਚ ਸਿਰਫ ਇੱਕ ਕਾਰ ਹੀ ਲੰਘ ਸਕਦੀ ਹੈ। ਨੰਬਰ 6 ਤੇ ਹੈ ਜੀ ਬੰਮਲਾ ਅਰੁਣਾਚਲ ਪ੍ਰਦੇਸ਼। ਅਰੁਣਾਚਲ ਪ੍ਰਦੇਸ਼ ਵਿੱਚ ਮੌਜੂਦ ਇਹ ਰਾਸਤਾ ਇੰਡੋ ਚਾਈਨਾ ਬਾਰਡਰ ਦੇ ਕੋਲ ਦੀ ਲੰਘਦਾ ਹੈ। ਇਹ ਰੋਡ 14000 ਹਾਈਟ ਦੀ ਫੁੱਟ ਤੇ ਮੌਜੂਦ ਹੈ ਤੇ ਇੱਥੇ ਆਕਸੀਜਨ ਕਾਫੀ ਜ਼ਿਆਦਾ ਘਟ ਜਾਂਦੀ ਹੈ ਜਿਹੜੀ ਕਿ ਇਸ ਰੋਡ ਨੂੰ ਹੋਰ ਵੀ ਜ਼ਿਆਦਾ ਖਤਰਨਾਕ ਬਣਾ ਦਿੰਦੀ ਹੈ। ਇੰਡੋ ਚਾਈਨਾ ਬਾਰਡਰ ਦੇ ਕੋਲ ਹੋਣ ਕਰਕੇ ਇਸ ਰੋਡ ਦੇ ਉੱਪਰ ਜਾਣ ਦੇ ਲਈ ਸਪੈਸ਼ਲ ਪਰਮਿਸ਼ਨ ਦੀ ਜ਼ਰੂਰਤ ਪੈਂਦੀ ਹੈ। ਇਹ ਪਰਮਿਸ਼ਨ ਤੁਸੀਂ ਤਵਾਂਗ ਜ਼ਿਲ੍ਹੇ ਦੇ DC ਕੋਲੋਂ ਲੈ ਸਕਦੇ ਹੋ। ਇਹ ਰਾਸਤੇ ਤੇ ਭਾਰੀ ਬਰਫ਼ਬਾਰੀ ਹੁੰਦੀ ਹੈ ਜਿਸ ਕਰਕੇ ਤਕਰੀਬਨ ਇਹ ਰਾਸਤਾ ਬੰਦ ਹੀ ਰਹਿੰਦਾ ਹੈ। ਮਈ ਤੋਂ ਅਕਤੂਬਰ ਦੇ ਵਿੱਚ ਇਹ ਰਾਸਤਾ ਕਾਫੀ ਜ਼ਿਆਦਾ ਠੀਕ ਰਹਿੰਦਾ ਹੈ ਇਸ ਕਰਕੇ ਮੋਟਰਸਾਈਕਲ ਰਾਈਡਰ ਜ਼ਿਆਦਾਤਰ ਇਸ ਰੋਡ ਦੇ ਉੱਪਰ ਉਸ ਸਮੇਂ ਹੀ ਰਾਈਡ ਕਰਦੇ ਨੇ। ਨੰਬਰ 7 ਤੇ ਹੈ ਜੀ ਨਥੂਲਾ ਪਾਸ ਸਿੱਕਮ। ਸਿੱਕਮ ਦੇ ਵਿੱਚ ਮੌਜੂਦ ਇਹ ਰੋਡ ਵੀ ਇੰਡੋ ਚਾਈਨਾ ਬਾਰਡਰ ਦੇ ਕੋਲ ਹੈ। ਇਹ ਰੋਡ ਵੀ ਸਮੁੰਦਰ ਤਲ ਤੋਂ 14000 ਫੁੱਟ ਦੀ ਉਚਾਈ ਤੇ ਹੀ ਬਣਾਇਆ ਗਿਆ ਹੈ। ਪਹਾੜੀ ਕੱਟ ਕੇ ਬਣਾਏ ਗਏ ਇਸ ਰਾਸਤੇ ਦੇ ਉੱਪਰ ਕਾਫੀ ਖਤਰਨਾਕ ਅਤੇ ਤਿੱਖੇ ਮੋੜ ਨੇ। ਉੱਪਰੋਂ ਇੱਥੋਂ ਦਾ ਬਰਫੀਲਾ ਮੌਸਮ ਅਤੇ ਬਰਫੀਲੇ ਤੂਫਾਨ ਇਸ ਰੋਡ ਨੂੰ ਹੋਰ ਵੀ ਜ਼ਿਆਦਾ ਖਤਰਨਾਕ ਬਣਾ ਦਿੰਦੇ ਨੇ। ਇੱਥੇ ਭਿਆਨਕ ਤੇ ਬਰਫੀਲੇ ਤੂਫਾਨ ਆਉਣਾ ਆਮ ਗੱਲ ਹੈ ਪਰ ਇਸ ਰੋਡ ਦੇ ਉੱਪਰ ਜਿਹੜੇ ਲੈਂਡਸਲਾਈਡ ਹੁੰਦੇ ਨੇ ਉਹ ਸਭ ਤੋਂ ਜ਼ਿਆਦਾ ਜਾਨਲੇਵਾ ਸਾਬਤ ਹੁੰਦੇ ਨੇ। ਇਸ ਰੋਡ ਦੇ ਉੱਪਰ ਜਾਣ ਦੇ ਲਈ ਵੀ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ। ਨੰਬਰ 8 ਤੇ ਹੈ ਜੋਜੀਲਾ ਪਾਸ ਹਿਮਾਚਲ ਪ੍ਰਦੇਸ਼। ਇਹ ਰੋਡ ਲਦਾਖ ਦੀ ਕਾਰਗ
ਕਾਰਗਲ ਡਿਸਟ੍ਰਿਕਟ ਦੇ ਵਿੱਚ ਮੌਜੂਦ ਹੈ। ਇਸ ਰੋਡ ਦੀ ਸਮੁੰਦਰ ਤਲ ਤੋਂ ਉਚਾਈ 11,500 ਫੁੱਟ ਹੈ। ਇਸ ਰੋਡ ਨੂੰ ਨੈਸ਼ਨਲ ਹਾਈਵੇ 1 ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ। ਗਰਮੀਆਂ ਦੇ ਵਿੱਚ ਤਾਂ ਇੱਥੇ ਕਾਰ ਚਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ, ਪਰ ਸਰਦੀਆਂ ਦੇ ਵਿੱਚ ਇੱਥੋਂ ਦਾ ਤਾਪਮਾਨ -45 ਡਿਗਰੀ ਤੱਕ ਚਲਿਆ ਜਾਂਦਾ ਹੈ ਤੇ ਇੰਨੀ ਜ਼ਿਆਦਾ ਉਚਾਈ ਹੋਣ ਕਰਕੇ ਇੱਥੇ ਆਕਸੀਜਨ ਦਾ ਲੈਵਲ ਵੀ ਕਾਫੀ ਘੱਟ ਹੈ। ਇੱਥੇ ਜੇਕਰ ਕੋਈ ਗੱਡੀ ਸਾਹਮਣੇ ਤੋਂ ਆ ਜਾਵੇ ਤਾਂ ਉਸ ਨੂੰ ਕ੍ਰੋਸ ਕਰਾਉਣ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਣ ਕਰਕੇ ਇਹ ਰੋਡ ਖਤਰਨਾਕ ਹੋਣ ਦੇ ਨਾਲ ਨਾਲ ਕਾਫੀ ਜ਼ਿਆਦਾ ਸੋਹਣਾ ਵੀ ਹੈ। ਨੰਬਰ 9 ਦੇ ਉੱਪਰ ਹੈ ਜੀ ਰੋਹਤਾਂਗ ਪਾਸ ਹਿਮਾਚਲ ਪ੍ਰਦੇਸ਼। ਹਿਮਾਚਲ 'ਚ ਮੌਜੂਦ ਇਹ ਰੋਡ ਮਨਾਲੀ ਤੋਂ 45 ਕਿਲੋਮੀਟਰ ਅੱਗੇ ਹੈ। ਇਹ ਰੋਡ ਬਹੁਤ ਜ਼ਿਆਦਾ ਖਤਰਨਾਕ ਹੈ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ। ਰੋਹਤਾਂਗ ਦਾ ਮਤਲਬ ਹੁੰਦਾ ਹੈ ਮੁਰਦਿਆਂ ਦਾ ਢੇਰ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਰੋਡ ਨੂੰ ਕ੍ਰੋਸ ਕਰਨ ਦੇ ਚੱਕਰ ਦੇ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ। ਇਸ ਲਈ ਭਾਰੀ ਬਰਫ਼ਬਾਰੀ ਦੇ ਵਿੱਚ ਇਸ ਰੋਡ ਨੂੰ ਸਾਲ ਦੇ 5 ਮਹੀਨੇ ਬੰਦ ਕਰ ਦਿੱਤਾ ਜਾਂਦਾ ਹੈ ਤੇ ਇੱਥੇ ਇੰਨੀ ਜ਼ਿਆਦਾ ਬਰਫ਼ ਡਿੱਗਦੀ ਹੈ ਕਿ ਇਸ ਰੋਡ ਦੇ ਉੱਪਰ ਬਰਫ਼ ਦੇ ਵੱਡੇ ਵੱਡੇ ਢੇਰ ਲੱਗ ਜਾਂਦੇ ਨੇ। ਇਸ ਏਰੀਏ ਦੇ ਵਿੱਚ ਲੈਂਡ ਸਲਾਈਡ ਵੀ ਬਹੁਤ ਹੁੰਦੇ ਨੇ। ਇਹ ਰੋਡ ਖਤਰਨਾਕ ਹੋਣ ਦੇ ਨਾਲ ਨਾਲ ਕੁਦਰਤੀ ਨਜ਼ਾਰਿਆਂ ਨਾਲ ਵੀ ਭਰਪੂਰ ਹੈ। ਨੰਬਰ 10 ਤੇ ਹੈ NH66 ਮਹਾਰਾਸ਼ਟਰ। ਮਹਾਰਾਸ਼ਟਰ 'ਚ ਮੌਜੂਦ ਇਹ ਸੜਕ ਸੁਪਨਿਆਂ ਦੇ ਸ਼ਹਿਰ ਮੁੰਬਈ ਨੂੰ ਗੋਆ ਦੇ ਨਾਲ ਜੋੜਦੀ ਹੈ। ਵੈਸੇ ਤਾਂ ਇਹ ਰੋਡ ਦੇਖਣ ਨੂੰ ਇੱਕ ਆਮ ਰੋਡ ਦੀ ਤਰ੍ਹਾਂ ਹੀ ਲੱਗਦਾ ਹੈ, ਪਰ ਇਸ ਰੋਡ ਦੇ ਉੱਪਰ ਬਹੁਤ ਜ਼ਿਆਦਾ ਤਿੱਖੇ ਮੋੜ ਨੇ ਜਿੱਥੋਂ ਸਾਹਮਣੇ ਤੋਂ ਆ ਰਹੀ ਮਸ਼ੀਨਰੀ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਤੇ ਇਹ ਰਸਤੇ ਦੇ ਵਿਚਾਲੇ ਕੋਈ ਡਿਵਾਈਡਰ ਵੀ ਨਹੀਂ ਹੈ, ਜਿਸ ਕਾਰਨ ਅਕਸਰ ਹੀ ਇੱਥੇ ਵੱਡੇ ਵੱਡੇ ਹਾਦਸੇ ਹੁੰਦੇ ਰਹਿੰਦੇ ਨੇ। ਤੇ ਤੁਹਾਨੂੰ ਇਹਨਾਂ ਸਾਰੇ ਰੋਡ ਦੇ ਵਿੱਚੋਂ ਕਿਹੜਾ ਰੋਡ ਸਭ ਤੋਂ ਜ਼ਿਆਦਾ ਖਤਰਨਾਕ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।